ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਲਾਸਟ 4 ਡੇ ਬੋਰਡ ਐਗਜ਼ਾਮ ਪ੍ਰੈਪਰੇਸ਼ਨ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਤੇ ਬੇਟਾ ਕੋਈ ਵੀ ਚੀਜ਼ ਇਹ ਜਿਵੇਂ ਤੁਮਿਸ਼ ਨਾ ਕਰਨਾ ਕਿਉਂਕਿ ਬਹੁਤ ਹੀ ਇੰਪੋਰਟੈਂਟ ਹੈ ਜੇ ਤੁਹਾਡਾ ਇਹ ਕੰਪਲੀਟ ਹੋ ਜਾਏਗਾ ਫਿਰ ਇਹ ਕੁਐਸਚਨ ਪੇਪਰ ਡਿਸਕਸ ਕਰਾਂਗੇ ਤੇ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਟਾਈਮ ਹੋਏਗਾ ਤੇ ਫਿਰ ਦੂਜੀ ਗ੍ਰਾਮਰ ਵਰਕ ਵੀ ਸ਼ੁਰੂ ਕਰ ਦਾਂਗੇ ਠੀਕ ਹੈ ਬੇਟਾ ਇਸ ਪੇਪਰ ਵਿੱਚ ਜਿੰਨੀ ਤੁਹਾਨੂੰ ਗ੍ਰਾਮਰ ਆਏਗੀ ਉਨਾ ਹੀ ਤੁਹਾਡਾ ਪੇਪਰ ਵਧੀਆ ਹੋਏਗਾ ਤੁਸੀਂ ਨਾਲ-ਨਾਲ ਰਿਪੀਟ ਕਰਦੇ ਜਾਣਾ ਨਾਲ-ਨਾਲ ਤੁਸੀਂ ਆਪਣਾ ਸਾਰਾ ਕ ਮੈਂ ਤੁਹਾਨੂੰ ਸ਼ਾਮ ਨੂੰ ਪੀਡੀਐਫ ਵੀ ਪੇ ਦਾਂਗੀ ਠੀਕ ਹੈ ਬੇਟਾ ਸਾਡਾ ਪਹਿਲਾ ਹੈਗਾ ਕੁਸ਼ਣ ਕਹਿੰਦੇ ਕਿ ਵਾਕ ਬੋਧ ਵਿੱਚ ਕਿਸ ਦਾ ਅਧਿਐਨ ਕੀਤਾ ਜਾਂਦਾ ਹੈ ਵਾਕਾਂ ਦਾ ਵਿਆਕਰਨ ਦੇ ਕਿਸ ਭਾਸ਼ਾ ਭਾਗ ਅਧੀਨ ਸ਼ਬਦ ਦਾ ਅਧਿਐਨ ਕੀਤਾ ਜਾਂਦਾ ਹੈ ਕਹਿੰਦੇ ਕਿ ਵਿਆਕਰਨ ਦੇ ਕਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ ਸ਼ਬਦ ਬੋਧ ਵਿਦੇਸ਼ੀ ਭਾਸ਼ਾ ਸਿੱਖਣ ਵਿੱਚ ਕੀ ਬਦੇ ਸਹਾਇਕ ਹੁੰਦਾ ਹੈ ਵਿਆਕਰਨ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਦੋ ਸਾਡੇ ਸੰਵਿਧਾਨ ਅਨੁਸਾਰ ਭਾਰਤ ਦੀਆਂ ਕਿੰਨੀਆਂ ਭਾਸ਼ਾਵਾਂ ਨੂੰ ਪਰਮਾਣਿਤ ਕੀਤਾ ਗਿਆ ਹੈ 22 ਮਤਲਬ 22 ਤੁਸੀਂ ਵਰਡ ਵਿੱਚ ਵੀ ਲਿਖ ਲਿਖ ਸਕਦੇ ਹੋ ਤੇ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਠੀਕ ਹੈ ਪੰਜਾਬੀ ਵਿੱਚ ਕਿੰਨੇ ਸਵਰ ਅੱਖਰ ਹਨ ਤਿੰਨ ਊੜਾ ਐੜਾ ਤੇ ਈੜੀ ਠੀਕ ਹੈ ਫਿਰ ਕਹਿੰਦੇ ਧੀਰਗ ਸਵਰਤੁਨਿਆ ਸਵਰਤੁਨਿਆ ਕਿਹੜੀਆਂ ਹੁੰਦੀਆਂ ਹਨ ਇੱਥੇ ਤੁਸੀਂ ਧਿਆਨ ਨਾਲ ਲਿਖਣਾ ਐੜੇ ਕੰਨਾ ਈੜੀ ਨੂੰ ਬਿਹਾਰੀ ਊੜੇ ਦੁਲੋਂਕੜ ਐੜੇ ਨੂੰ ਲਾਵਾ ਈੜੀ ਨੂੰ ਲਾਵਾ ਐੜੇ ਨੂੰ ਵੀ ਦੁਲਾਵਾ ਔਰ ਊੜਾ ਓਪਨ ਔਰ ਐੜੇ ਨੂੰ ਕੰਡੋੜਾ ਠੀਕ ਹੈ ਫਿਰ ਕਹਿੰਦੇ ਕਿ ਲਘੂ ਸਵਰਤੁਨਿਆ ਕਿਹੜੀਆਂ ਹਨ ਊੜੇ ਔਕੜ ਐੜਾ ਤੇ ਈੜੀ ਨੂੰ ਸਿਆਰੀ ਇਹ ਹੈਗੀਆਂ ਲਘੂ ਸਵਰਤੁਨਿਆ ਨੈਸਟਾ ਕਹਿੰਦੇ ਕਿ ਨਵੇਂ ਅੱਖਰ ਸ਼ਾਮਲ ਹੋਣ ਨਾਲ ਗੁਰਮੁਖੀ ਲਿਪੀ ਦੇ ਅੰਦਰ ਅੱਖਰਾਂ ਦੀ કુલ ਗਿਣਤੀ ਕਿੰਨੀ ਹੋ ਗਈ ਹੈ ਤੁਹਾਡਾ ਆਨਸਰ ਹੈ 41 41 41 ਠੀਕ ਹੈ ਨੈਕਸਟ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਦੀ ਵਰਤ ਹੁੰਦੀ ਹੈ ਗੁਰਮੁਖੀ ਪੰਜਾਬੀ ਵਿੱਚ ਕਿੰਨੀਆਂ ਲਗਾ ਦੀ ਵਰਤ ਹੁੰਦੀ ਹੈ 10 ਜਿਹੜੇ ਸ਼ਬਦ ਤੋਂ ਕਿਸੇ ਵਿਅਕਤੀ, ਸਥਾਨ, ਜੀਵ ਤੇ ਹਾਲਤ ਦਾ ਬੋਧ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਨ ਨਾਮ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਪੰਜ ਤੀਵੀਂ ਸ਼ਬਦ ਦਾ ਪੁਲਿੰਗ ਮਰਦ ਤੇ ਨੌਵਾਂ ਸ਼ਬਦ ਜਿਹੜੇ ਨੀਲ ਨੌਵਾਂ ਸ਼ਬਦ ਕਿਹੜੇ ਵਚਨ ਨੂੰ ਪਰਗਟਾਉਂਦਾ ਹੈ ਬਹੁਵਚਨ ਕਿਉਂਕਿ ਜੇ ਨੌ ਹੁੰਦਾ ਫਿਰ ਇੱਕ ਵਚਨ ਹੀ ਇਹਦੇ ਵਿੱਚ ਐੜੇ ਕੰਨਾ ਪੈ ਗਿਆ ਉੱਤੇ ਬਿੰਦੀ ਇਹ ਹੈਗਾ ਬਹੁਵਚਨ ਕੋੜ ਅਸ਼ਬਦ ਦਾ ਬਹੁਵਚਨ ਕੋੜੇ ਪੁਰਖਵਾਚਕ ਪਰਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤਿੰਨ ਕਹਿੰਦੇ ਕਿ ਚਾਰ ਪ੍ਰਸ਼ਨਵਾਚਕ ਪਰਨਾਮ ਸ਼ਬਦ ਲਿਖੋ ਜਿਸਾ ਕੌਣ ਬਾਹਰ ਕੌਣ ਹੈ ਕਿਹੜਾ ਕਹਿੰਦਾ ਕਿ ਕਿਹੜਾ ਕਿਹੜਾ ਗਿਆ ਹੈ ਕੁਐਸਚਨ ਮਾਰਕ ਜਿਸਾ ਕਿਸ ਨੇ ਕਿਸ ਨੇ ਚਾਹ ਪੀਤੀ ਕੀ ਕੀ ਮੈਂ ਤੁਹਾਡੀ ਕਿਤਾਬ ਲੈ ਸਕਦਾ ਇਹ ਸਾਰੇ ਕੁਐਸਚਨ ਮਾਰਕ ਹੈ ਠੀਕ ਹੈ ਨੈਸਟ ਹੈ ਕਹਿੰਦਾ ਕਿ ਮੇਰਾ ਭਰਾ ਹਾਕੀ ਖੇਡਦਾ ਹੈ ਇਸ ਵਾਕ ਵਿੱਚ ਕਿਹੜੀ ਵਿਸ਼ੇਸ਼ਣ ਦੀ ਵਰਤ ਹੁੰਦੀ ਹੈ ਪਰਨਾਵੀ ਮੀ ਵਰਿਆ ਇਸ ਵਾਕ ਦੀ ਕਿਰਿਆ ਕਿਹੜੀ ਕਿਸਮ ਦੀ ਹੈ ਅਕਰਮਕ ਕਹਿੰਦੇ ਕਿਰਿਆ ਦੀ ਕਿੰਨੇ ਢੰਗਾਂ ਨਾਲ ਵੰਡ ਕੀਤੀ ਜਾਂਦੀ ਹੈ ਚਾਰ ਅਨੇਕ ਵਾਰ ਸ਼ਬਦ ਕਿਸ ਪ੍ਰਕਾਰ ਦਾ ਕਿਰਿਆ ਵਿਸ਼ੇਸ਼ਣ ਹੈ ਸੰਖਿਆ ਇਦੇ ਵਿੱਚ ਸੰਖਿਆ ਦੱਸੀਏ ਇੱਕ ਵਾਰ ਨੇ ਦੋ ਵਾਰ ਨੇ ਅਨੇਕ ਵਾਰ ਠੀਕ ਹੈ ਇਹ ਹੈਗਾ ਸੰਖਿਆਵਾਚਕ ਕਿਹੜਿਆ ਵਿਸ਼ੇਸ਼ਣ ਨੈਸਟ ਹੈ ਕਹਿੰਦੇ ਉਹ ਹੀ ਤਾਂ ਸ਼ਰਾਰਤੀ ਹੈ ਇਸ ਵਾਕ ਵਿੱਚ ਕਿਸ ਪ੍ਰਕਾਰ ਦਾ ਕਿਹੜਿਆ ਵਿਸ਼ੇਸ਼ਣ ਹੈ ਕਹਿੰਦੇ ਹੀ ਇਹ ਹੈਗਾ ਨਿਸ਼ਚੇਵਾਚਕ ਮਤਲਬ ਪੂਰੇ ਯਕੀਨ ਨਾਲ ਕਹਿੰਦੇ ਆ ਕਿ ਉਹੀ ਬੱਚਾ ਜਿਹੜਾ ਸ਼ਰਾਰਤੀ ਹੈ ਠੀਕ ਹੈ ਅੱਗੇਗਾ ਸੰਬੰਧਕ ਸ਼ਬਦ ਆਮ ਕਰਕੇ ਨਾਵਾਂ ਤੇ ਪੜਨਾਵਾਂ ਦੇ ਅੱਗੇ ਆਉਂਦੇ ਹਨ ਜਾਂ ਪਿੱਛੇ ਅਹੀਂ ਕਹਿੰਦਾ ਪਿੱਛੇ ਜਿਹੜਾ ਸ਼ਬਦ ਵਾਕ ਵਿੱਚ ਨਾਮ ਪੜਨਾਮ ਜਾਂ ਵਿਸ਼ੇਸ਼ਣ ਦਾ ਵਾਕ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਦਾ ਹੈ ਉਸ ਨੂੰ ਕੀ ਕਹਿੰਦੇ ਹਨ ਸੰਬੰਧਕ ਅਧੀਨ ਜੋਜਕ ਕਿਸ ਤਰ੍ਹਾਂ ਦੇ ਵਾਕਾਂ ਦੀ ਸਿਰਜਣਾ ਕਰਦੇ ਹਨ ਮਿਸ਼ਰਤ ਵਾਕਾਂ ਦੀ ਮੁੰਡੇ ਖੇਡ ਰਹੇ ਹਨ ਅਤੇ ਕੁੜੀਆਂ ਪੜ ਰਹੀਆਂ ਹਨ ਇਸ ਵਾਕ ਵਿੱਚ ਕਿਸ ਪ੍ਰਕਾਰ ਦੇ ਜੋਜਕ ਦੀ ਵਰਤੋਂ ਕੀਤੀ ਹੋਈ ਹੈ ਸਮਾਨ ਜੋਜਕ ਦੀ ਵਿਸਮਿਕ ਕਿਸ ਨੂੰ ਕਹਿੰਦੇ ਹਨ ਜਿਸ ਨਾਲ ਸਾਡੀ ਹੈਰਾਨੀ ਖੁਸ਼ੀ ਗਮੀ ਦਾ ਭਾਵ ਪ੍ਰਗਟ ਹੋਵੇ ਕਿਹੜੇ ਵਿਸਮਿਕ ਸ਼ਬਦ ਦੁੱਖ ਖੁਸ਼ੀ ਹਾਈ ਹੈਰਾਨੀ ਲਈ ਵਰਤਿਆ ਜਾਂਦਾ ਹੈ ਹਾਈ ਮੀ ਪੈ ਰਿਆ ਸੀ ਵਾਕ ਦੀ ਕਿਰਿਆ ਦਾ ਕਾਲ ਦੱਸੋ ਭੂਤਕਾਲ ਕਾਲ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਤਿੰਨ ਨੈਸਟ ਹੈ ਇਨਸਾਨ ਸ਼ਬਦ ਦੇ ਦੋ ਸਮਾਨਾਰਥੀ ਆਦਮੀ ਤੇ ਮਨੁੱਖ ਵੀ ਕਹਿ ਸਕਦੇ ਆ ਤਾਕਤ ਦਾ ਦੋ ਸਮਾਨਾਰਥੀ ਬਲ ਤੇ ਸ਼ਕਤੀ ਕਹਿੰਦੇ ਕਿ ਜਿਹੜੇ ਕਿਸੇ ਵੀ ਧਿਰ ਨਾਲ ਪੱਖਪਾਤ ਨਾ ਕਰੇ ਬਹੁਤੇ ਸ਼ਬਦਾਂ ਦੇ ਥਾਂ ਇੱਕ ਨਿਰਪੱਖ ਨਸਟ ਹੈ ਚੰਗਿਆਈ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਬੁਰੀਆਈ ਇਮਾਨਦਾਰੀ ਦਾ ਵਿਰੋਧੀ ਬੇਈਮਾਨ ਔਰ ਕਹਿੰਦੇ ਪੂਰਨ ਵਿਸ਼ਰਾਮ ਤੋਂ ਅੱਧੇ ਟਹਿਰਾਵ ਜਾਂ ਅਰਧ ਵਿਸ਼ਰਾਮ ਲਈ ਕਿਹੜੇ ਕਿਸ ਵਿਸ਼ਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਬਿੰਦੀ ਤੇ ਕਾਮਾ ਠੀਕ ਹੈ ਨਾਲ ਤੁਸੀਂ ਸਾਈਨ ਵਿੱਚ ਸੁਣਾਉ ਦੀ ਸ਼ਾਈਨ ਵੀ ਬਾ ਦੇਣਾ ਕਿ ਕਿਸ ਤਰ੍ਹਾਂ ਠੀਕ ਹੈ ਕਹਿੰਦੇ ਕਿ ਕਿਸ ਨੂੰ ਅਲਪ ਵਿਰਾਮ ਚਿੰਨ ਵੀ ਕਿਹਾ ਜਾਂਦਾ ਹੈ ਕਾਮਾ ਨੂੰ ਡੰਡੀ ਵਿਸ਼ਰਾਮਚਿੰਨ ਕਿਹੜੇ ਵਾਕ ਦੇ ਅੰਤ ਵਿੱਚ ਲੱਗਦਾ ਹੈ ਸਧਾਰਨ ਵਾਕ ਦੇ ਅੰਤ ਵਿੱਚ ਭਾਸ਼ਾ ਦਾ ਸ਼ੁੱਧ ਤੇ ਮਿਆਰੀ ਸਰੂਪ ਕਿੰਨਾ ਨਿਜਮਾ ਨ ਅਸਬੰਧਿਤ ਸਥਾਪਿਤ ਹੁੰਦਾ ਹੈ ਵਿਆਕਰਨ ਨਿਜਮਾਣਾ ਅੱਗੇ ਆ ਜਾਂਦੇ ਨੇ ਸਾਡੇ ਮਹਾਭਰੇ ਤੇ ਮੇਟ ਇਹਨਾਂ ਨੂੰ ਵੀ ਤੁਸੀਂ ਬਹੁਤ ਹੀ ਧਿਆਨ ਨਾਲ ਕਰਨਾ ਕਿਉਂਕਿ ਤੁਹਾਨੂੰ 8 ਦਿੱਤੇ ਜਾਣਗੇ ਜਿਨ੍ਹਾਂ ਵਿੱਚ ਤੁਸੀਂ 4 ਕਰਨੇ ਤੇ ਇਹਦੇ ਵਿੱਚ ਤੁਹਾਡੇ 8 ਨੰਬਰ ਪੱਕੇ ਹੋ ਜਾਣਗੇ ਕਹਿੰਦੇ ਕਿ 19 21 ਦਾ ਫਰਕ ਹੋਣਾ ਬਹੁਤ ਥੋੜਾ ਅੰਤਰ ਹੋਣਾ ਰੀਨਾ ਤੇ ਮੀਨਾ ਦੇ ਜਨਮ ਵਿੱਚ ਸਿਰਫ 19 21 ਦਾ ਫਰਕ ਹੈ ਔਡੀਕ ੜੀ ਕੇ ਬੁੱਢੇ ਹੋਣਾ ਹੋ ਜਾਣਾ ਇੰਤਜ਼ਾਰ ਕਰ ਕਰਕੇ ਥੱਕ ਜਾਣਾ ਮਾਂ ਆਪਣੇ ਫੌਜ ਵਿੱਚ ਗਏ ਪੁੱਤਰ ਨੂੰ ਔਡੀਕ ੜੀ ਕੇ ਬੁੱਢੀ ਹੋ ਗਈ ਉੱਚਾ ਨੀਵਾ ਬੋਲਣਾ ਮੰਦਾ ਬੋਲਣਾ ਆਪਣੇ ਤੋਂ ਵੱਡਿਆਂ ਨੂੰ ਸਾਨੂੰ ਕਦੇ ਵੀ ਉੱਚਾ ਨੀਵਾ ਨਹੀਂ ਬੋਲਣਾ ਚਾਹੀਦਾ ਅੱਗ ਨਾਲ ਖੇਡਣਾ ਖਤਰਾ ਮੂਲ ਲੈਣਾ ਕਹਿੰਦੇ ਸਰਕਸ ਦੇ ਕਲਾਕਾਰ ਕ ਤਵ ਦਿਖਾਉਣ ਲਈ ਅੱਗ ਨਾਲ ਵੀ ਖੇਡ ਜਾਂਦੇ ਹਨ ਨੈਸਟ ਹੈ ਅੱਗ ਲਾਉਣਾ ਨਫ਼ਰਤ ਪੈਦਾ ਕਰਨੀ ਮੇਰੀ ਤੇ ਗੁਰਪ੍ਰੀਤ ਦੀ ਦੋਸਤੀ ਬਹੁਤ ਪੱਕੀ ਸੀ ਪਰ ਰਜਨੀ ਤੋਂ ਸਾਡੀ ਦੋਸਤੀ ਜਰੀ ਨਾ ਗਈ ਪਤਾ ਨਹੀਂ ਉਸਨੇ ਗੁਰਮੀਤ ਨੂੰ ਮੇਰੇ ਬਾਰੇ ਕੀ ਕਿਹਾ ਕਿ ਸਾਡੀ ਦੋਸਤੀ ਟੁੱਟ ਗਈ ਉਸਨੇ ਤਾਂ ਸਾਡੀ ਦੋਸਤੀ ਨੂੰ ਅੱਗ ਹੀ ਲਾ ਦਿੱਤੀ ਆਤ ਚੁਕਨੀ ਵੱਧੀ ਕੀ ਕਰਨਾ ਕਈ ਮੁੰਡਿਆਂ ਨੇ ਤਾਂ ਐਨੀ ਆਤ ਚੁਕੀ ਹੋਈ ਹੈ ਕਿ ਉਹ ਰੋਜ਼ ਕਿਸੇ ਨਾ ਕਿਸੇ ਨੂੰ ਤੰਗ ਕਰਦੇ ਰਹਿੰਦੇ ਹਨ ਅੰਨੇ ਅੱਗੇ ਦੀਦੇ ਗਾਲਣੇ ਬੇਕਦਰੇ ਅੱਗੇ ਦੁੱਖ ਦੱਸ ਫੋਲਣੇ ਜੀਤੀ ਤਾਂ ਆਪਣੇ ਪਤੀ ਦਾ ਬਹੁਤ ਸਤਿਕਾਰ ਕਰਦੀ ਹੈ ਪਰ ਉਸ ਦਾ ਪਤੀ ਬਹੁਤ ਬਹੁਤ ਨਿਸ਼ੇੜੀ ਹੈ ਓਹੋ ਵਿਚਾਰੇ ਉਸ ਨੂੰ ਆਪਣੀ ਕੋਈ ਪਰੇਸ਼ਾਨੀ ਦੱਸਦੀ ਹੈ ਪਰ ਉਹ ਸੁਣਦਾ ਹੀ ਨਹੀਂ ਉਸ ਇਸ ਤੇ ਇਸ ਤੇ ਉਸ ਦੀ ਸਹੇਲੀ ਨੇ ਉਸ ਨੂੰ ਕਿਹਾ ਕਿ ਅੰਨੇ ਅੱਗੇ ਦੇ ਦੇ ਗੱਲਾਂ ਦਾ ਕੋਈ ਫਾਇਦਾ ਨਹੀਂ ਨੈਸਟ ਹੈ ਕਹਿੰਦੇ ਅਲੂਨੀ ਸਿਲ ਚਟਣਾ ਕਹਿੰਦੇ ਬੇਸਵਾਦਾ ਕੰਮ ਕਰਨਾ ਜਿਹੜੇ ਵਿਦਿਆਰਥੀ ਦੀ ਪੜਨ ਵਿੱਚ ਦਿਲਚਸਪੀ ਨਹੀਂ ਹੁੰਦੀ ਉਨਾਂ ਲਈ ਪੜਾਈ ਅਲੂਣੀ ਸਿਲ ਚਟਨੇ ਚਟਣ ਦੇ ਮੁਤਾਬਕ ਹੁੰਦੀ ਹੈ। ਨੈਕਸਟ ਹੈ ਅਲਖਮਕਾਉਣਾ ਮਾਰ ਦੇਣਾ ਰਾਜੇ ਮਹਾਰਾਜਿਆਂ ਦੇ ਜਮਾਨੇ ਵਿੱਚ ਜੇਕਰ ਉਨ੍ਹਾਂ ਖਿਲਾਫ ਕੋਈ ਬੋਲਦਾ ਸੀ ਤਾਂ ਉਹ ਉਸ ਦੀ ਅਲਖਮਕਾਹ ਦਿੰਦੇ ਸਨ। ਆਪਣੇ ਮੂੰਹ ਮੀਆਂ ਮਿੱਠੂ ਬੰਨਾ ਆਪਣੀ ਤਾਰੀਫ ਆਪ ਕਰਨੀ ਤੁਹਾਡੇ ਗੁਣ ਗੁਨਾ ਕਰਕੇ ਜੇ ਕੋਈ ਦੂਜਾ ਜੇ ਕੋਈ ਦੂਜਾ ਤੁਹਾਡੀ ਪ੍ਰਸ਼ੰਸਾ ਕਰੇ ਤਾਂ ਉਚਿਤ ਹੈ ਪਰ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣਨਾ ਚਾਹੀਦਾ ਜਾਂ ਆਪਣੇ ਮੂੰਹ ਮੀਆਂ ਮਿੱਠੂ ਬਣਨਾ ਚੰਗਾ ਨਹੀਂ ਹੈ ਨਸ ਹੈ ਕਹਿੰਦੇ ਕਿ ਆਈ ਚਲਾਈ ਕਰਨਾ ਜੋ ਕਮਾਉਣਾ ਉਹੀ ਖਰਚ ਹੋ ਜਾਣਾ ਅੱਜ ਕੱਲ ਦੇ ਜ਼ਮਾਨੇ ਵਿੱਚ ਤਾਂ ਬਸ ਆਈ ਚਲਾਈ ਹੀ ਹੁੰਦੀ ਹੈ ਆਸਾ ਉੱਤੇ ਪਾਣੀ ਫਿਰ ਜਾਣਾ ਨਿਰਾਸ਼ ਕਰਨਾ ਕਹਿੰਦੇ ਜੀਤ ਦਾ 10ਵੀਂ ਦਾ ਨਤੀਜਾ ਆਇਆ ਉਸਦੇ ਉਸਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਪਰ ਉਹ ਪਹਿਲਾ ਸਥਾਨ ਪ੍ਰਾਪਤ ਕਰਨਾ ਚਾਹੁੰਦੀ ਹੀ ਇਸ ਨਾਲ ਤਾਂ ਜਾਣੋ ਉਸ ਦੀਆਂ ਆਸਾਂ ਉਤੇ ਪਾਣੀ ਹੀ ਫਿਰ ਗਿਆ ਆਉ ਲਾਉਣਾ ਬਹੁਤ ਦੁਸ਼ਮਣ ਮਾਰਨੇ ਠੀਕ ਹੈ ਆਹੋ ਲਾਉਣਾ ਬਹੁ ਦੁਸ਼ਮਣ ਮਾਰਨੇ ਸਹਬਜਾਦਾ ਅਜੀਤ ਸਿੰਘ ਨੇ ਚਮਕੋੜ ਦੀ ਲੜਾਈ ਵਿੱਚ ਦੁਸ਼ਮਣਾਂ ਦੇ ਆਉਲਾ ਸੁਟੇ ਆਟੇ ਵਿੱਚ ਲੂਣ ਹੋਣਾ ਬਹੁਤ ਘੱਟ ਗਿਣਤੀ ਹੋਣਾ ਪੰਜਾਬ ਵਿੱਚ ਮੁਸਲਮਾਨਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ ਆਂਧਨਾ ਠਾਰਨਾ ਖੁਸ਼ੀ ਮਿਲਣਾ ਪਰਦੇਸੋਂ ਆਏ ਪੁੱਤਰ ਨੇ ਮਾਂ ਦੀਆਂ ਆਂਧਨਾ ਠਾਰ ਦਿੱਤੀਆਂ ਕਹਿੰਦੇ ਇੱਕੋ ਰਸ ਰਸੇ ਫਾਇਦੇ ਨਾਲ ਸਭ ਨਾਲ ਇੱਕੋ ਜਿਹਾ ਵਰਤਾਓ ਕਰਨਾ ਅੰਗਰੇਜ਼ੀ ਰਾਜ ਵੇਲੇ ਨਿਆ ਦਿਖਾਵੇ ਮਾਤਰ ਹੀ ਸੀ ਇਸ ਇੱਕ ਦੇ ਦੇਸ਼ ਬਦਲੇ ਸਭ ਨੂੰ ਇੱਕ ਕੋ ਰਸੇ ਫਾਇ ਲਾਇਆ ਜਾਂਦਾ ਸੀ ਠੀਕ ਹੈ ਨੈਕਸਟ ਹੈ ਇੱਕੋ ਤਕੜੀ ਦੇ ਵੱਟੇ ਹੋਣਾ ਇੱਕੋ ਜਿਆ ਹੋਣਾ ਚੋਰ ਬਜਾਰੀਆਂ ਭਾਵੇਂ ਚੋਰ ਬਜਾਰੀਆਂ ਭਾਵੇਂ ਕਿਸੇ ਵੀ ਦੇਸ਼ ਜਾਂ ਪ੍ਰਾਂਤ ਦੇ ਹੋਣ ਪਰ ਉਹ ਸਾਰੇ ਇੱਕੋ ਤਕੜੀ ਦੇ ਵੱਟੇ ਹੁੰਦੇ ਹਨ ਇੱਟ ਚੁੱਕਦੇ ਇੱਟ ਚੁੱਕਦੇ ਨੂੰ ਪੱਥਰ ਚੁੱਕਣਾ ਮੁਸੀਬਤ ਵਿਲੇ ਦਲੇਰ ਬਣ ਜਾਣਾ ਭਾਰਤ ਭਾਵੇਂ ਸ਼ਾਂਤੀ ਦਾ ਪੁਜਾਰੀ ਹੈ ਤਾਂ ਵੀ ਇਹ ਇੱਟ ਚੁੱਕਦੇ ਨੂੰ ਪੱਥਰ ਚੁੱਕ ਕੇ ਮੁਕਾਬਲਾ ਕਰਨ ਲਈ ਤਿਆਰ ਰਹਿੰਦਾ ਹੈ ਇੱਟ ਨਾਲ ਇਟ ਖੜਕਾਉਣਾ ਤਬਾ ਕਰ ਦੇਣਾ ਬੰਦਾ ਬਹਾਦਰ ਨੇ ਸਰਹੱਦ ਦੀ ਇੱਟ ਨਾਲ ਇੱਟ ਵਜਾ ਦਿੱਤੀ ਈਨ ਮੰਨਣਾ ਹਾਰ ਮੰਨਣਾ ਸ਼ਹੀਦ ਉਹ ਹੁੰਦਾ ਹੈ ਜੋ ਸ਼ਹਾਦਤ ਦੇ ਦੇ ਦਿੰਦਾ ਹੈ ਪਰ ਇਹ ਨਹੀਂ ਮੰਨਦਾ ਸੱਤਰਿਆ ਬੱਤਰਿਆ ਜਾਣਾ ਨਿਰਾਦਰ ਕਰਨਾ ਠੀਕ ਹੈ ਨੈਕਸਟ ਹੈ ਬਜ਼ੁਰਗਾਂ ਦੇ ਤਜਰਬੇ ਤੋਂ ਲਾਭ ਉਠਾਉਣਾ ਚਾਹੀਦਾ ਉਹਨਾਂ ਨੂੰ ਸੱਤਰਿਆ ਬੱਤਰਿਆ ਕਹਿ ਕੇ ਸਰਕਾਰ ਨਾਲ ਨਹੀਂ ਚਾਹੀਦਾ ਸੱਪਾਂ ਨੂੰ ਦੁੱਧ ਪਿਉਣਾ ਦੁਸ਼ਮਣ ਨੂੰ ਪਾਲਣਾ ਚੋਰ ਬਜਾਰੀਆਂ ਨੂੰ ਕਾਨੂੰਨ ਤੋਂ ਬਚਣਾ ਬਚਾਉਣਾ ਸੱਪਾਂ ਨੂੰ ਦੁੱਧ ਪਿਉਣਾ ਹੈ ਸੋ ਸੁਪੰਜ ਵਿੱਚ ਪੈ ਜਾਣਾ ਦੁਵਿਧਾ ਵਿੱਚ ਪੈ ਜਾਣਾ 10ਵੀਂ ਤੋਂ ਬਾਅਦ ਕਿਹੜਾ ਵਿਸ਼ਾ ਚੁਣਾ ਇਹ ਸੋਚ ਕੇ ਮੈਂ 705 ਵਿੱਚ ਪੈ ਗਈ ਸੁੱਕੇ ਬਾਗ ਹਰੇ ਹੋਣਾ ਚੰਗੇ ਦਿਨ ਉਹਨਾ ਮਾਪਿਆਂ ਨੇ ਅਤੇ ਗਰੀਬੀ ਵਿੱਚ ਆਪਣੇ ਬੱਚੇ ਨੂੰ ਡਾਕਟਰੀ ਦੀ ਪੜ੍ਹਾਈ ਕਰਵਾਏ ਜਦੋਂ ਉਸ ਦੀ ਨੌਕਰੀ ਲੱਗੀ ਤਾਂ ਮਾਪਿਆਂ ਦੇ ਸੁੱਕੇ ਬਾਗ ਹਰੇ ਹੋ ਗਏ ਸ਼ੇਰ ਹੋ ਜਾਣਾ ਦਲੇਰ ਬਣ ਜਾਣਾ ਮੁਸੀਬਤ ਵੇਲੇ ਸਾਨੂੰ ਸ਼ੇਰ ਹੋਣਾ ਚਾਹੀਦਾ ਹੈ ਨਾ ਕਿ ਡਰਨਾ ਚਾਹੀਦਾ ਸ਼ੇਰ ਦੀ ਮੁਸਫੜਨਾ ਤਾਕਤਵਰਨਾ ਅਡਾ ਲੋਣਾ ਦੁਸ਼ਮਣ ਨੂੰ ਪਤਾ ਹੈ ਕਿ ਸਾਡੀਆਂ ਸਰਹੱਦਾਂ ਵੱਲ ਤੱਕਣਾ ਸ਼ੇਰ ਦੀ ਮੁਸਫੜਨਾ ਹੈ ਨੈਸਟ ਹੈ ਅੰਦੇ ਸ਼ੋਲੇ ਗਵਣਾ ਬੁਰਾ ਪਲਾ ਆਖਣਾ ਬੱਚਿਆਂ ਦੀ ਲੜਾਈ ਕਰਕੇ ਕਈ ਮਾਪੇ ਆਪਸ ਵਿੱਚ ਹੀ ਉਲਝ ਕੇ ਇੱਕ ਦੂਜੇ ਨੂੰ ਸ਼ੋਲੇ ਸੁਣਾਉਣ ਲੱਗ ਪੈਂਦੇ ਹਨ ਠੀਕ ਹੈ ਕਹਿੰਦੇ ਕਿ ਸੋਨੇ ਦੀ ਲੰਕਾ ਬਣਾਉਣਾ ਬਹੁਤ ਧਨ ਇਕੱਠਾ ਕਰਨਾ ਇਮਾਨਦਾਰੀ ਨਾਲ ਤਾਂ ਮਸਾ ਰੋਟੀ ਟੁਕ ਹੀ ਚੱਲਦਾ ਹੈ ਬੇਈਮਾਨੀ ਕਰਕੇ ਭਾਵੇਂ ਸੋਨੇ ਦੀ ਲੰਕਾ ਬਣਾ ਲਓ ਹੱਥ ਵੜ ਦੇਣਾ ਕਿਸੇ ਨੂੰ ਲਿਖਤ ਦੇ ਦੇਣੀ ਤੂੰ ਕਚਹਿਰੀ ਵਿੱਚ ਹੱਥ ਵੜ ਕੇ ਦੇ ਚੁੱਕਾ ਹੈ ਇਸ ਲਈ ਮੈਨੂੰ ਜ਼ਮੀਨ ਦਾ ਹਿੱਸਾ ਦੇਣ ਤੋਂ ਮੁੱਕਰ ਨਹੀਂ ਸਕਦਾ ਹੱਥਾਂ ਪਰ ਪੈਰਾਂ ਦੇ ਪੈਣਾ ਇਨੇ ਬਸੀ ਬਤ ਕਰਕੇ ਕਬਰਾਨਾ ਪੁਲਿਸ ਨੂੰ ਦੂਰੋਂ ਆਉਂਦਾ ਵੇਕੇ ਚੋਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੱਥੀ ਸ਼ਾਵਾ ਕਰਨੀਆਂ ਆਉ ਭਗਤੇ ਕਰਨੀ ਮੈਂ ਜਦੋਂ ਜੋਤੀ ਦੇ ਘਰ ਜਾਂਦੇ ਹਾਂ ਤਾਂ ਉਸ ਦੀ ਮਾਂ ਮੈਨੂੰ ਹੱਥੀ ਸ਼ਾਵਾ ਕਰਦੀ ਹੈ ਨੈਸਟ ਹੈ ਹਨੇਰਾ ਹਨੇਰ ਆਉਣਾ ਵਿਪਤਾ ਆ ਪੈਣੀ ਜੇਕਰ ਕੁੜੀ ਨੇ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਨ ਦੀ ਗੱਲ ਕੀਤੀ ਹੈ ਤਾਂ ਕੀ ਹਨੇਰ ਆ ਗਿਆ ਹੈ ਹਨੇਰਾ ਪੈ ਜਾਣਾ ਅਣਹੋਣੀ ਹਨੇਰਾ ਪੈ ਜਾਣਾ ਅਣਹੋਣੀ ਗੱਲ ਹੋ ਜਾਣੀ ਇੱਕ ਇੱਕੋ ਇੱਕ ਮੈਂਬਰ ਦੇ ਦਿਹਾਂਤ ਨਾਲ ਘਰ ਵਿੱਚ ਹਨੇਰ ਪੈ ਗਿਆ ਹੌਲਾ ਪੈਣਾ ਹੌਸਲਾ ਟਹਿ ਜਾਣਾ ਦੂਜਿਆਂ ਦੇ ਸਹਾਰੇ ਰਹਿਣ ਵਾਲਾ ਬੰਦਾ ਹੌਲਾ ਪੈਂਦਾ ਹੈ ਹਾਥੂ ਲਾਉਣਾ ਕੰਮ ਕਰਨਾ ਹੱਥ ਹਲਾਏ ਬਿਨਾ ਮਹਿੰਗਾਈ ਦੇ ਜਮਾਨੇ ਵਿੱਚ ਗੁਜ਼ਾਰਾ ਕਰਨਾ ਮੁਸ਼ਕਲ ਹੈ ਹਾਥ ੜਨਾ ਭੀਖ ਮੰਗਨੀ ਕਿਸੇ ਦੇ ਸਾਹਮਣੇ ਹਾਥ ੜਨਾ ਬਹੁਤ ਬੁਰੀ ਗੱਲ ਹੈ ਹੱਥ ਖੁੱਲ ਖੁੱਲਾ ਰੱਖਣਾ ਖੁੱਲਾ ਖਰਚਾ ਕਰਨਾ ਅੱਜ ਦੇ ਜਮਾਨੇ ਵਿੱਚ ਹੱਥ ਖੁੱਲਾ ਕਰਨਾ ਸੌਖਾ ਨਹੀਂ ਹੱਥ ਰੰਗਨੇ ਬਹੁਤ ਕਮਾਈ ਕਰਨਾ ਉਸ ਨੇ ਇੱਕ ਸਾਲ ਵਿੱਚ ਬਹੁਤ ਮਿਹਨਤ ਕੀਤੀ ਤੇ ਅੱਜ ਉਸ ਦੇ ਹੱਥ ਰੰਗੇ ਹੋਏ ਨੇ ਠੀਕ ਹੈ ਬੇਟਾ ਨੈਕਸਟ ਹੈ ਕਹਿੰਦੇ ਕੱਚਾ ਕਰਨਾ ਸ਼ਰਮਸਾਰ ਕਰਨਾ ਅਧਿਆਪਕ ਦੀ ਡਾਂਟ ਪੈਣ ਤੇ ਕਰਨਦੀਪ ਪੂਰੀ ਸਮਾਤ ਸਾਹਮਣੇ ਕੱਚਾ ਹੋ ਗਿਆ ਕੱਚਾ ਮਾਣਾ ਜਿੱਤ ਪ੍ਰਾਪਤੀ ਕਿਸੇ ਜਿੱਤ ਜਾਂ ਪ੍ਰਾਪਤੀ ਹੋਣ ਤੇ ਖੁਸ਼ੀ ਪ੍ਰਗਟ ਕਰਨਾ ਕਹਿੰਦੇ ਥੋੜਾ ਸਕੋਰ ਸਕੋਰ ਦੇ ਫਰਕ ਕਾਰਨ ਸਾਡੀ ਟੀਮ ਮੈਚ ਹਾਰ ਗਈ ਤੇ ਇਸ ਦੇ ਵਿਰੋਧੀ ਟੀਮ ਕੱਚਾ ਮਾ ਰਹੀ ਸੀ ਕਦਮਾਂ 헤ਠ ਅੱਖਾਂ ਵਿਸ਼ਵਨਾ ਬਹੁਤ ਆਦਰ ਕਰਨਾ ਜਦੋਂ ਮੈਨੂੰ ਬਾਜ਼ਾਰ ਵਿੱਚ ਮੇਰੇ ਪੁਰਾਣੇ ਅਧਿਆਪਕ ਮਿਲੇ ਤਾਂ ਮੈਂ ਉਹਨਾਂ ਦੇ ਕਦਮਾਂ 헤ਠ ਅੱਖਾਂ ਵਿਸ਼ਾ ਲਈਆਂ ਕੱਪੜਿਆਂ ਤੋਂ ਬਾਹਰ ਹੋਣਾ ਗੁੱਸੇ ਵਿੱਚ ਭੜਕ ਜਾਣਾ ਹਰਦੀਪ ਦਾ ਤਾਂ ਗੁੱਸਾ ਬਹੁਤ ਭੜਾ ਹੈ ਉਹ ਤਾਂ ਐਵੇਂ ਛੋਟੀ ਛੋਟੀ ਗੱਲ ਤੇ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਹੈ ਨੈਕਸਟ ਹੈ ਕੰਬਰ ਕੱਸੇ ਕਰਨਾ ਕਹਿੰਦੇ ਤਿਆਰ ਤਿਆਰ ਬਰ ਤਿਆਰ ਰਹਿਣਾ ਮਤਲਬ ਰੈਡੀ ਰਹਿਣਾ ਦੌਰ ਸੋਰੀ ਸਟਾਰਟ ਹੋਣ ਤੋਂ ਪਹਿਲਾਂ ਹੀ ਸਭ ਖਿਡਾਰੀ ਕੰਬਰ ਕੱਸੇ ਖੜੇ ਸੀ ਕਲੇਜਾ ਕਮ ਜਾਣਾ ਕਬਰਾ ਜਾਣਾ ਜਾਂ ਡਰ ਜਾਣਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਬਾਰੇ ਪੜ ਕੇ ਕਿਸੇ ਵੀ ਮਨੁੱਖ ਦਾ ਕਲੇਜਾ ਕਮ ਜਾਂਦਾ ਹੈ ਕਲੇਜੇ ਭਾਂਬ ਬਦਲਣਾ ਬਲਣਾ ਕਰੋਧ ਆਉਣਾ ਕਹਿੰਦੇ ਅਖਬਾਰ ਵਿੱਚ ਦਾਜ ਲਈ ਸੋਹਰਿਆਂ ਦੁਆਰਾ ਕੁੜੀ ਨੂੰ ਜਿਉਂਦਾ ਜਲਾਣ ਦੀ ਖਬਰ ਪੜ੍ਹ ਕੇ ਮੇਰੇ ਕਲੇਜੇ ਭੰਬੜ ਬਲ ਗਈ ਅੱਗੇ ਗਿਆ ਕਾਇਆ ਪਲਟ ਦੇਣਾ ਨਵੰਨ ਰੋਇਆ ਕਰ ਦੇਣਾ ਪ੍ਰਿੰਸੀਪਲ ਸੰਤੋਸ਼ ਸਿੰਘ ਨੇ ਆਉਣ ਤਾਂ ਆਉਣ ਨਾਲ ਤਾਂ ਸਕੂਲ ਦੀ ਕਾਇਆ ਹੀ ਪਲਟ ਗਈ ਕਾਂਜੀ ਕੋਲਣਾ ਬੇਸ਼ਵਾਦੀ ਕਰਨਾ ਠੀਕ ਹੈ ਪਾਰਟੀ ਦੇ ਖੁਸ਼ੀ ਦੇ ਮੌਕੇ ਵੇਲੇ ਬਲਵੀਰ ਨੇ ਲੜਾਈ ਕਰਕੇ ਕਾਂਜੀ ਖੋਲ ਦਿੱਤੀ ਕਾਰਾ ਹੋ ਜਾਣਾ ਬਹੁਤ ਬੁਰੀ ਗੱਲ ਵਾਪਰ ਜਾਣੀ ਕਹਿੰਦੇ ਪੁੱਤਰ ਦੀ ਸੜਕ ਦੁਰਘਟਨਾ ਵਿੱਚ ਮੌਤ ਹੋਣ ਮਗਰੋਂ ਉਸ ਦੀ ਮਾਂ ਨੇ ਕਿਹਾ ਕਿ ਜੇਕਰ ਸਾਨੂੰ ਇਹ ਕਾਰਾ ਹੋਣ ਬਾਰੇ ਪਤਾ ਹੁੰਦਾ ਤਾਂ ਉਹ ਉਸ ਨੂੰ ਘਰੋਂ ਹੀ ਨਾ ਜਾਣ ਦਿੰਦੀ ਕਾਲਜੇ ਸ਼ੁਰੀਆਂ ਮਾਰਨਾ ਚੁਪਣੀਆਂ ਗੱਲਾਂ ਕਰਨਾ ਲੜਾਈ ਤੋਂ ਬਾਅਦ ਹਰੀਸ਼ ਐਵੇਂ ਕਾਲਜ ਸੁੜੀਆਂ ਮਾਰੀ ਜਾਂਦਾ ਹੈ ਮੈਂ ਉਸ ਵੱਲ ਬਹੁਤ ਧਿਆਨ ਹੀ ਨਹੀਂ ਦਿੰਦਾ ਕਹਿੰਦਾ ਕਾਵਾਂ ਰੋਲੀ ਪਾਉਣਾ ਇੱਕ ਦੂਜੇ ਦੀ ਨਾ ਸੁਨਣ ਤੇ ਆਪੋ ਆਪਣੀ ਕਹੀ ਜਾਣੇ ਕਹਿੰਦੇ ਜੋਰਾਵਰ ਤੇ ਸੁੱਖ ਦੇਵ ਦੀ ਲੜਾਈ ਦੀ ਸਹਿਮਤੀ ਕਰਵਾਉਣ ਕਰਵਾਉਂਦਿਆਂ ਸਰਪੰਚ ਨੇ ਆਖਿਆ ਐਵੇਂ ਕਾਲਾ ਰੋਲੀ ਨਾ ਕਾਮਾ ਰੋਲੀ ਨਾ ਪਾਓ ਪਾਉਣ ਵਿੱਚ ਕੋਈ ਫਾਇਦਾ ਨਹੀਂ ਆਰਾਮ ਨਾਲ ਗੱਲ ਨਿਬੇੜ ਲੋ ਕਹਿੰਦੇ ਕੀਤੀ ਕਰਾਈ ਖੂਵ ਵਿੱਚ ਪੈਣਾ ਕਹਿੰਦੇ ਕੀਤੀ ਮਿਹਨਤ ਵਿਅਰਥ ਜਾਣਾ ਸਹਿ ਮਹਿਰ ਨੇ ਮਹਿਰ ਨੇ ਤਿਆਰ ਕੀਤਾ ਮਾਡਲ ਹੱਥੋਂ ਡਿੱਗਣ ਕਰਕੇ ਟੁੱਟ ਗਿਆ ਤੇ ਕੀਤੀ ਕਰਾਇੀ ਖੂ ਵਿੱਚ ਪੈ ਗਏ। ਨਸਟ ਹੈ ਕੋੜਾਕੁੱਟ ਪੜਨਾ ਅਣਚਾਹੀ ਗੱਲ ਨੂੰ ਬੇਬਸੀ ਵਿੱਚ ਪ੍ਰਵਾਨ ਕਰਨਾ ਪੁੱਤਰ ਦੀ ਜਿੱਦ ਅੱਗੇ ਗੁਰਬੀਰ ਜ਼ਮੀਨ ਦੇ ਗੁਰਮੀਰ ਸਿੰਘ ਨੇ ਜ਼ਮੀਨ ਵੇਚਣ ਦਾ ਕੋੜਾਕੁੱਟ ਪਾੜ ਲਿਆ ਭੜਿਆ ਤੇ ਪੁੱਤਰ ਨੂੰ ਵਿਦੇਸ਼ ਭੇਜਿਆ। ਕੰਗਾ ਹੋ ਜਾਣਾ ਬਰਬਾਦ ਹੋ ਜਾਣਾ ਕਹਿੰਦੇ ਨਸ਼ਿਆਂ ਦੀ ਆਦਤ ਬੁਰੀ ਹੈ ਇਸ ਨਾਲ ਕਈ ਘਰ ਕੰਗਾ ਹੋ ਗਏ ਕੰਡ ਕੰਡ ਲਾਉਣਾ ਹਰਾ ਦੇਣਾ ਸਾਡੇ ਪਿੰਡ ਦੇ ਪਹਿਲਵਾਰ ਪਹਿਲਵਾਨਾਂ ਨੇ ਕੁਸ਼ਤੀ ਮੁਕਾਬਲੇ ਵਿੱਚ ਵਿਰੋਧੀ ਪਹਿਲਵਾਨਾਂ ਦੀ ਕੰਡ ਲਾ ਦਿੱਤੀ ਕੰਡੇ ਬੀਜਣਾ ਇੰਦੇ ਕਿਸੇ ਅੱਗੇ ਰੁਕਾਵਟ ਖਰੀਆਂ ਕਰਨਾ ਹਰ ਵਿਅਕਤੀ ਨੂੰ ਆਪਣੀ ਮਿਹਨਤ ਕਰਨੀ ਚਾਹੀਦੀ ਹੈ ਐਵੇਂ ਕਿਸੇ ਦੇ ਰਾਹ ਵਿੱਚ ਕੰਡੇ ਨਹੀਂ ਬੀਜਨੇ ਚਾਹੀਦੇ ਕੰਨ ਤੇ ਜੂ ਨਾ ਸੜਕਣਾ ਕੋਈ ਅਸਰ ਨਾ ਹੋਣਾ ਮਹਿੰਦਰ ਤਾਂ ਬਹੁਤ ਠੀਠ ਹੈ ਕੋਈ ਕੰਮ ਨਹੀਂ ਕਰਦਾ ਜੇ ਮਰਜੀ ਕਹ ਜੋ ਮਰਜੀ ਕਹ ਕਹੀਂ ਜਾਓ ਉਸ ਦੇ ਕੰਨ ਤੇ ਜੂ ਨਹੀਂ ਸੜਕਦੇ ਕੰਨ ਤਰਨਾ ਕਹਿੰਦੇ ਧਿਆਨ ਦੇਣਾ ਸਾਡੀ ਜਮਾਤ ਵਿੱਚ ਪੰਜਾਬੀ ਦੇ ਪੀਰੀਅਡ ਵਿੱਚ ਵਿਦਿਆਰਥੀ ਕੰਨ ਧਾਰ ਕੇ ਬੈਠ ਜਾਂਦੇ ਹਨ ਕਿਉਂਕਿ ਮਾਸਟਰ ਕੁਲਦੀਪ ਸਿੰਘ ਦੀ ਹਰੇਕ ਗੱਲ ਬਹੁਤ ਵਧੀਆ ਹੁੰਦੀ ਹੈ ਕੰਨ ਵਲੇਟ ਕੇ ਤੁਰਨਾ ਕਿਸੇ ਦੀ ਨਾ ਸੁਣਨਾ ਮਨਦੀਪ ਤਾਂ ਭਾਈ ਕੰਨ ਵਲੇਟ ਕੇ ਤੁਰਦਾ ਹੈ ਸਿਰ ਆਪਣੀ ਮਰਜ਼ੀ ਕਰਦਾ ਹੈ ਕੰਨਾ ਤੀਕ ਮੂੰਹ ਪਾਟਣਾ ਮੂੰਹ ਫਟ ਹੋਣਾ ਕਹਿੰਦੇ ਕਿ ਯਾਰ ਕਿੰਦੇ ਕੀ ਮੂੰਹ ਫਟ ਹੋਣਾ ਯਾਰ ਕਰਮਜੀਤ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਉਹ ਤਾਂ ਕੰਨਾ ਤੀਕ ਮੂੰਹ ਖੋਲਦਾ ਹੈ ਖਿੱਲੀ ਉਡਾਉਣਾ ਜਾ ਕੇ ਕਰਨਾ ਜਾਂ ਹਾਸਾ ਉਡਾਉਣਾ ਸਭ ਦੀ ਇੱਜ਼ਤ ਕਰੋ ਐਵੇਂ ਕਿਸੇ ਨੂੰ ਮਾੜਾ ਜਾਣ ਕੇ ਖਿੱਲੀ ਨਹੀਂ ਉਡਾਣੀ ਚਾਹੀਦੀ ਖੂਨ ਸਫੇਦ ਹੋਣਾ ਅਪ ਅਪੜਤ ਖਤਮ ਹੋ ਜਾਣੇ ਨੈਸਟ ਹੈ ਕਹਿੰਦੇ ਕਿ ਅੱਜ ਕੱਲ ਲੋਕਾਂ ਦੇ ਖੂਨ ਸਫੇਦ ਹੋ ਗਏ ਨੇ ਆਪਣਾ ਸੁਆਰਥ ਲਈ ਸਕਿਆ ਦੇ ਵੀ ਕਤਲ ਕਰ ਦਿੰਦੇ ਹਨ ਨੈਸਟ ਹੈ ਖੇੜੂ ਖੇੜੂ ਹੋ ਜਾਣਾ ਆਪਸੀ ਫੁੱਟ ਕਾਰਨ ਖਿੰਡ ਪੁੰਡ ਜਾਣਾ ਮਹਾਰਾਜ ਸਿੰਘ ਦੀ ਮੋਤ ਮਗਰੋਂ ਸਿੱਖ ਰਾਜ ਘਰੇਲੂ ਬੁਰਸ਼ਾ ਬੁਰਸ਼ਾ ਗਰਦੀ ਕਾਰਨ ਖੇੜੂ ਖੇੜੂ ਹੋ ਗਿਆ ਕਹਿੰਦੇ ਗਿੱਲਾ ਬਿਹਨ ਪਾਉਣਾ ਕੰਮ ਲਮਕਾਉਣਾ ਉਸ ਨੂੰ ਕੰਮ ਕਹਿਣ ਦਾ ਕੋਈ ਫਾਇਦਾ ਨਹੀਂ ਉਸ ਦੀ ਤਾਂ ਉਹ ਗੱਲ ਹੈ ਗਿੱਲਾ ਪੇਨ ਪਾਉਣਾ ਠੀਕ ਹੈ ਇਸ ਤਰ੍ਹਾਂ ਬੇਟਾ ਹਰ ਜਿਹੜੇ ਮੁਹਾਵਰੇ ਨੇ ਬਹੁਤ ਜ਼ਿਆਦਾ ਨੇ ਗਾਈਡ ਵਿੱਚ ਤੇ ਮੇਰੇ ਖਿਆਲ 400 500 ਹੈਗੇ ਨੇ ਬਟ ਜਿਹੜਾ ਇਹਦੇ ਵਿੱਚ ਹੈਗਾ ਲਾਸਟ 4 ਡੇ ਬੋਡੀ ਐਗਜ਼ਾਮ ਪ੍ਰੈਪਰੇਸ਼ਨ ਵਿੱਚ ਸਿਰਫ 160 ਦਿੱਤੇ ਹੋਏ ਨੇ ਤੇ ਅਸੀਂ ਅੱਧੇ-ਅੱਧੇ ਕਰਾਂਗੇ ਠੀਕ ਹੈ ਬੇਟਾ ਇਹਨਾਂ ਨੂੰ ਧਿਆਨ ਨਾਲ ਕਰ ਲਓ ਤੇ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਟੇਕ ਕੇਅਰ